ਪੇਂਡੂ ਆਸਟ੍ਰੇਲੀਆ ਦੇ ਦਰਸ਼ਕ ਸਾਨੂੰ ਬੜੀ ਫੀਡਬੈਕ ਦਿੰਦੇ ਆ, ਬੜਾ ਪਿਆਰ ਦਿੰਦੇ ਆ ਅਤੇ ਬੜਾ ਚੰਗਾ ਲੱਗਦਾ। ਪਰ ਇਹ ਪਿਆਰ ਲੈਣਾ ਕੋਈ ਸੌਖਾ ਕੰਮ ਨਹੀਂ ਹੈ। ਰਾਤੀ 12 ਵਜੇ ਸੁੱਤੇ ਸੀ ਅਤੇ ਸੁਬਾਹ ਅੱਜ ਅਸੀਂ 6 ਵਜੇ ਆਪਦੇ ਮਿਸ਼ਨ 'ਤੇ ਨਿਕਲ ਪਏ ਹਾਂ ਅਤੇ ਸਾਡਾ ਵੀ ਦਿਲ ਕਰਦਾ ਬਹੁਤ ਸਾਰੀਆਂ ਚੀਜ਼ਾਂ ਦੇਖੀਏ, ਥੋੜ੍ਹਾ ਜਿਹਾ ਸਕੂਨ ਵੀ ਹਾਸਲ ਕਰੀਏ, ਪਰ ਸਕੂਨ ਦੇ ਨਾਲ ਨਾਲ ਜਿਹੜਾ ਤੁਹਾਡਾ ਪਿਆਰ ਆ ਉਹ ਟਿਕਣ ਨਹੀਂ ਦਿੰਦਾ। ਸੋ ਅੱਜ ਸਾਰਾ ਦਿਨ ਸ਼ਾਮ ਤੱਕ ਅਸੀਂ ਜਿੰਨੀ ਵੀ ਚੀਜ਼ਾਂ ਦੇਖ ਸਕਦੇ ਹੋਏ ਅਤੇ ਤੁਹਾਨੂੰ ਦਿਖਾ ਸਕਦੇ ਹੋਏ ਜ਼ਰੂਰ ਦਿਖਾਵਾਂਗੇ। ਇਨਸਫਿਲ ਦੀ ਇਨਸਫੇਲ ਦੀ ਜਿਹੜੀ ਸਵੇਰ ਆ ਜੀ, ਇਹ ਤਕਰੀਬਨ ਸੁਬਾਹ ਦੇ ਵੱਜਣ ਵਾਲੇ ਜੀ 7 ਅਤੇ ਬੱਦਲਵਾਈ ਚੜ੍ਹੀ ਹੋਈ ਆ ਅਤੇ ਸਾਡਾ ਜਿਹੜਾ ਮਿਸ਼ਨ ਆ, ਮਿਸ਼ਨ ਡੇ 2 ਉਹ ਸਟਾਰਟ ਹੋ ਚੁੱਕਿਆ ਅਤੇ ਕੇਲਿਆਂ ਦੇ ਫਾਰਮ ਨੂੰ ਜਿਹੜੀ ਸੇਧ ਕਰ ਲਈ ਆ, ਛੇਤੀ ਫਿਰ ਤੁਹਾਨੂੰ ਦਿਖਾਉਣੇ ਆ। ਲਓ ਜੀ, ਅਸੀਂ ਹੁਣ ਪਹੁੰਚ ਗਏ ਹਾਂ ਬਾਈ ਬਿੱਟੂ ਨੂੰ ਪਿੱਕ ਕਰਨ, ਜਿਹੜਾ ਕਿ ਸਾਡੀ ਇਸ ਯਾਤਰਾ ਦਾ ਸੂਤਰਧਾਰ ਆ। ਸੂਤਰਧਾਰ ਰਹਿਣਾ ਵੀ ਨਹੀਂ ਕਿਸੇ ਸਰਨਾ, ਅਤੇ ਉਹਨਾਂ ਨੂੰ ਅਸੀਂ ਹੁਣ ਪਿੱਕ ਕਰਦੇ ਹਾਂ ਇੱਥੋਂ ਅਤੇ ਫਿਰ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਯਾਤਰਾ। ਲਓ ਜੀ ਬਾਈ ਆ ਗਿਆ ਪੂਰਾ ਡਰੈਸ ਅਪ ਹੋ ਕੇ, ਤੁਹਾਨੂੰ ਪਤਾ ਅੱਜ ਵੀ ਬਾਈ ਉਹ ਤੋਂ ਆਪਾਂ ਕੇਲੇ ਵੀ ਤੜਵਾਉਣੇ ਆ। ਆਓ ਜੀ ਆਓ ਆਓ ਸੂਤਰਧਾਰ ਸਾਹਿਬ। ਲਓ ਜੀ ਬਾਈ ਬਿੱਟੂ ਰਾਏਕੋਟੀ ਆ ਗਿਆ ਜੀ ਅਤੇ ਹੁਣ ਅਸੀਂ ਦੇਖਦੇ ਹਾਂ ਸਾਰਾ ਕੁਝ। ਇਨਸਫੇਲ ਦਾ ਜਿਹੜਾ ਟਾਊਨ ਸੈਂਟਰ ਆ ਜੀ, ਇਹ ਇਸ ਟਾਊਨ ਦੀ ਆਬਾਦੀ ਥੋੜੀ ਆ, ਕੋਈ ਬਾਹਲੀ ਜ਼ਿਆਦਾ ਨਹੀਂ ਹੈ। 5,000 ਆਬਾਦੀ ਉਹ ਵੱਧ ਹੈ ਤੂੰ ਕਿੰਨੀ ਆ ਜੀ ਚਲੋ ਇਹ ਭਾਈ ਸਾਰੇ ਜਾਣੇ ਗੂਗਲ ਕਰ ਲਿਓ ਤੇ, ਪਰ ਆਬਾਦੀ ਬਾਹਲੀ ਨਹੀਂ ਹੈ ਕਹਿੰਦਾ ਭਾਉ। ਕੋਰਟ ਹਾਊਸ ਹੈ ਇਧਰ, ਆਹ ਦੇਖੋ ਜੀ ਕਿੱਡਾ ਸੋਹਣਾ ਬਣਿਆ ਹੋਇਆ, ਕਚਹਿਰੀਆਂ ਸਾਡੀਆਂ ਇੱਥੇ, ਮੇਲੇ ਨਹੀਂ ਲੱਗਦੇ ਪਰ ਇਹ ਸੁਣਨੀਆਂ ਰਹਿੰਦੀਆਂ ਸਰ। ਇੱਧਰ ਆਪਣਾ ਥਾਣਾ ਹੈਗਾ ਬੜਾ ਦੇਖ ਕੇ ਲੰਘਿਓ ਥਾਣੇ 'ਚ ਤੇ। ਲਓ ਜੀ ਛੋਟਾ ਜਿਹਾ ਜਿਹੜਾ ਕੰਮ ਆ, ਛੋਟਾ ਜਿਹਾ ਸ਼ਹਿਰ ਆ ਜੀ, ਮੁੱਕ ਗਿਆ ਸ਼ਹਿਰ ਕਹਿੰਦੇ, ਮੈਂ ਤਾਂ ਜਿੱਥੇ ਹਾਰੀ ਦੇਖੇ ਕਰਦਾ ਰਿਹਾ ਤੇ ਸ਼ਹਿਰ ਮੁੱਕ ਗਿਆ। ਚਲੋ ਕੋਈ ਨਹੀਂ ਜੀ, ਇਹ ਦੇਖੋ ਇਨਸਫੇਲ, ਹੁਣ ਸਹੀ ਕਿਹਾ, ਹਾਂ ਇਨਸਫੇਲ ਆ ਜੀ। ਅਤੇ ਇੱਥੇ ਜਿੰਨੇ ਵੀ ਆਪਣੇ ਬਿਜ਼ਨਸ ਆ ਜਾਂ ਕਹੀਏ ਉਹ, ਅਤੇ ਇੱਥੇ ਜ਼ਿਆਦਾ ਕੇਲੇ ਦੀ ਖੇਤੀ ਹੈ ਅਤੇ ਉਹ ਅੱਜ ਆਪਾਂ ਦਿਖਾਉਣੀ ਹੈ ਤੁਹਾਨੂੰ। ਪਰ ਇਹ ਸ਼ਹਿਰ ਦਾ ਤੜਕੇ ਦਾ ਮੋਰਨਿੰਗ ਦਾ ਗੇੜਾ, ਜਿਹੜਾ ਮੋਰਨਿੰਗ ਵਾਕ ਨਹੀਂ ਮੋਰਨਿੰਗ ਜਿਹੜੀ ਗੇੜੀ ਹੈ ਸਾਡੀ, ਅਤੇ ਉਹ ਅਸੀਂ ਗੱਡੀ 'ਤੇ ਲਾ ਲਈ ਆ। ਟੌਨਸਵਿਲ ਇੱਧਰ ਰਹਿ ਗਿਆ ਹੈ, ਦੋ ਨਾਂ ਇਹਦੇ। ਅੱਛਾ, ਪਰ ਜਦੋਂ ਇਹ ਬ੍ਰਿਸਬੇਨ ਦੇ ਲਾਗੇ ਜੇ ਐਂਟਰ ਕਰਦੇ ਉੱਥੇ ਜਾ ਕੇ ਇਹਦਾ ਨਾਮ ਬਦਲ ਕੇ ਹੋਰ ਨਾਂ ਹੋ ਜਾਂਦਾ ਹਾਈਵੇ ਦਾ। ਜਾਣੀ ਕਿ ਕਹਿਣ ਦਾ ਭਾਵ ਆਪਣੇ ਮਿੱਤਰੋ, ਇਹ ਹਾਈਵੇ ਜੇ ਹੈਗਾ ਨਾ, ਇਹ 4,000-5,000 ਕਿਲੋਮੀਟਰ ਲੰਮਾ, ਵੀ ਆਪਣੇ ਵਾਲਾ ਨਹੀਂ ਵੀ 300 ਕਿਲੋਮੀਟਰ ਤੇ ਦਿੱਲੀ ਆ ਜੂਗੀ ਬ੍ਰਿਸਬੇਨ ਤੱਕ ਦਾ। ਚਲੋ ਜੀ, ਸੋ ਦੋਸਤੋ ਆ ਨਾਲ ਨਾਲ ਜਿਹੜੀ ਇੱਕ ਨਦੀ ਜਾਂਦੀ ਹੈ, ਸਾਰੇ ਇੱਥੇ ਫਾਰਮਾਂ ਨੂੰ ਪਾਣੀ ਸਪਲਾਈ ਕਰਦੀ ਆ। ਅਤੇ ਇਹ ਜਿਹੜਾ ਇੱਥੋਂ ਦਾ ਅਸੀਂ ਅਕਸਰ ਨੌਰਥ ਦਾ ਗੱਲ ਕਰਦੇ ਹਾਂ, ਨੌਰਥ ਕੁਈਨਜ਼ਲੈਂਡ ਦੀ, ਵੀ ਜਾਂ ਮੀਂਹ ਪੈਂਦੇ ਆ ਜਾਂ ਧੁੱਪ ਨਿਕਲਦੀ ਆ। ਸੋ ਲਓ ਨਜ਼ਾਰਾ ਜੀ ਬਰਸਾਤ ਦਾ, ਅਤੇ ਬਰਸਾਤ ਸ਼ੁਰੂ ਹੋ ਚੁੱਕੀ ਹੈ ਤੜਕੇ ਤੜਕੇ। ਨਾਲ ਨਾਲ ਕੇਲਿਆਂ ਦੇ ਫਾਰਮ ਸ਼ੁਰੂ ਹੋ ਚੁੱਕੇ ਆ ਜੀ। ਲੇਡੀ ਫਿੰਗਰ ਆ ਜੀ, ਅੱਛਾ ਉਹ ਹੋਰ ਆ, ਦੇਖਣ ਚ ਕਾਈ ਜੀ ਲੱਗਦੀ। ਅੱਛਾ, ਨਿਸਰਿਆ ਖੜਾ ਹੁਣ, ਇਹਦਾ ਨਿਸਰ ਗਿਆ ਮਹਿਲਾ ਗੰਨੇ ਦੀ, ਮਹਿਲਾ ਜਿਹੜੀ ਮੇਨ ਮਿਲ ਗਈ ਇੱਥੇ ਦੀ, ਉੱਥੇ ਵੀ ਖੜ ਕੇ ਆਪਾਂ ਤੁਹਾਨੂੰ
ਅਗਲਾ ਪਿੰਡ ਹੈਗਾ ਜੀ ਜਿਵੇਂ ਬਸ ਤੁਸੀਂ ਐ ਸਮਝੋ ਵੀ ਕਾਲੇ ਵਾਲੀ ਟੱਪ ਕੇ ਤੇ ਤਾਰੂਆਂ ਆ ਗਿਆ ਹੋਵੇ ਇੱਕ ਪੰਪ ਹੈ ਜੀ ਇੱਥੇ ਇੱਥੇ ਖਾਣ ਪੀਣ ਨੂੰ ਬੜਾ ਵੱਡਾ ਮਿਲ ਜਾਂਦਾ ਇੱਕ ਬੇਕਰੀ ਆ ਦੋ ਚੀਜ਼ਾਂ ਇੱਥੇ ਅੱਛਾ ਦੁਕਾਨਦਾਰੀ ਆਹੀ ਇੱਥੋਂ ਦੀ ਸ਼ੌਪ ਆ ਸਿੱਧੇ ਖੇਤਾਂ ਚੋ ਸ਼ੂਗਰ ਮਿਲ ਦਾ ਪ੍ਰਦੂਸ਼ਣ ਫੈਲਾ ਰਿਹਾ ਪਰ ਦਰਖਤ ਹੀ ਇੰਨੇ ਆ ਗ੍ਰੀਨਰੀ ਇੰਨੀ ਆ ਵੀ ਇਹ ਧੂੰਏ ਨੂੰ ਖਾ ਜਾਂਦੇ ਕੱਚੇ ਨੂੰ ਚਬਾ ਕੇ ਲੋਕਲ ਮਿਸਤਰੀ ਰੱਖ ਲੋ ਉਹ ਪੂਰੀ ਕਾਮਯਾਬ ਆ ਇਹ ਭੋਲਾ ਮਿਸਤਰੀ ਆ ਬਾਕੀ ਜਿਹੜੀਆਂ ਵੱਡੀਆਂ ਫਰਮਾਂ ਤਿਆਰ ਕਰਦੀਆਂ ਉਹਨਾਂ ਨੂੰ ਵਾਧ ਪਾਉਂਦੀਆਂ ਮਸ਼ੀਨੇ ਨਾ ਨਾ ਇਹ ਸਾਡੇ ਤਲਵੰਡੀ ਸਾਬੂ ਬਾਈ ਮਲਕੀਤ ਆ ਉਹ ਜਦੋਂ ਕੋਈ ਪੰਪ ਫੇਰ ਆ ਗਿਆ ਅਗਲੇ ਪਿੰਡ ਚ ਓਹਦੇ ਕੋਲ ਫੀਟਰ ਜਿਹੜਾ ਸਰਦੂਲ ਘੜੋਂ ਹੱਥ ਨੂੰ ਦੇ ਦਿੰਦੇ ਸੀ ਓਹਦੇ ਕੋਲ ਸਾਲ ਡੀਕਣਾ ਪੈਂਦਾ ਹੁੰਦਾ ਸੀ ਸ਼ੂਗਰ ਦੇ ਦੇਖੋ ਬੜੀ ਕਮਾਲ ਮੈਂ ਕਹਿਣ ਲੱਗਿਆ ਸੀ ਵੀ ਫਾਜ਼ਿਲਕਾ ਜਾਂਦੇ ਨਾ ਕਈ ਵਾਰੀ ਹੋਰ ਉਤੋਂ ਤਾਂ ਸ਼ੂਗਰ ਮਿਲ ਦੀਆਂ ਲਾਈਨਾਂ ਜਿਹੜੀਆਂ ਲੱਗੀਆਂ ਹੁੰਦੀਆਂ ਤੇ ਟ੍ਰੈਫਿਕ ਜਾਮ ਕਰ ਦਿੰਦੀਆਂ ਸੋ MSF ਸ਼ੂਗਰ ਮਿਲ ਆ ਇਹਦਾ ਨਾਂ ਹੈ ਲਓ ਜੀ ਸੁਬਹ ਦੀ ਸਵੇਰ ਆ ਇਨਸਫੈਲ ਦੀ ਜਿਹੜੀ ਧਰਤੀ ਆ ਕੇਂਦ ਦੇ ਜਿਹੜਾ ਲਾਗੇ ਟਾਊਨ ਆ ਅਤੇ ਗੰਨੇ ਅਤੇ ਕੇਲੇ ਲਈ ਮਸ਼ਹੂਰ ਆ ਅਤੇ ਇਸ ਟਾਈਮ ਅਸੀਂ ਖੜ੍ਹੇ ਹਾਂ ਇੱਕ ਸ਼ੂਗਰ ਮਿਲ ਦੇ ਮੂਹਰੇ ਸ਼ੂਗਰ ਮਿਲ ਦਾ ਜਿਵੇਂ ਦੇਖਿਆ ਵੀ MSF ਸ਼ੂਗਰ ਮਿਲ ਆ ਜੀ ਇਹ ਸ਼ੂਗਰ ਮਿਲ ਦੇ ਜਿਹੜੀ ਕਈ ਪ੍ਰਾਪਤੀਆਂ ਸਾਨੂੰ ਨੌਜਵਾਨਾਂ ਨੇ ਦੱਸੀਆਂ ਵੀ ਕਿਵੇਂ ਇੱਥੇ ਕੰਮ ਧੰਦਾ ਚੱਲਦਾ ਅਤੇ ਪਰ ਜਿਹੜੀ ਖਾਸ ਗੱਲ ਦੇਖੀ ਵੀ ਸਾਡੇ ਸ਼ੂਗਰ ਮਿੱਲਾਂ ਦੇ ਮੂਹਰੇ ਟਰਾਲੀਆਂ ਦਾ ਜ਼ੋਰ ਹੁੰਦਾ ਪਰ ਇੱਥੇ ਇਹੋ ਜਿਹਾ ਕੁਛ ਨਹੀਂ ਹੈ ਸੋ ਆਪਾਂ ਸਾਡੇ ਬਾਈ ਸੁੱਖੇ ਹੋਰਾਂ ਦੇ ਬਿੱਟੂ ਹੋਰਾਂ ਨੂੰ ਪੁੱਛਦੇ ਹਾਂ ਵੀ ਕੀ ਹੈ ਸਾਰਾ ਮਸਲਾ ਸੋ ਇਹ ਸ਼ੂਗਰ ਮਿੱਲ ਆ ਜਿਹੜੀ ਇੱਥੋਂ ਦੀ ਕਿੰਨੀਆਂ ਸ਼ੂਗਰ ਮਿੱਲਾਂ ਇਸ ਏਰੀਏ 'ਚ ਇਹ ਇਕੱਲੇ ਸ਼ੂਗਰ ਮਿੱਲ ਆ ਜੀ ਇੱਥੇ ਅੱਛਾ ਅਤੇ ਦੂਜੇ ਟਾਲੀ ਅੱਗੇ ਜਾ ਕੇ ਇੱਥੋਂ ਲਗਭਗ 50 ਕਿਲੋਮੀਟਰ ਦੂਰ ਦਾ ਇੱਕ ਪਿੱਛੇ ਕੇਂਦ ਲਾਗੇ ਗੋਡਰ ਮਿੱਲ ਅੱਛਾ 80-90 ਕਿਲੋਮੀਟਰ ਦੇ ਦਾਇਰੇ ਜਾਊਗੀ ਓਕੇ ਅਤੇ ਇਹ ਸ਼ੂਗਰ ਮਿੱਲ ਦੇ ਵਿੱਚ ਟਰੈਕਟਰ ਟਰਾਲੀ ਕੋਈ ਨਹੀਂ ਆਉਂਦਾ ਇੱਥੇ ਕੋਈ ਟਰੈਕਟਰ ਨੇ ਜੀ ਕੋਈ ਟਰਾਲੇ ਨੇ ਜੀ ਟ੍ਰੇਨਾਂ ਚੱਲਦੀਆਂ ਨੇ ਅੱਛਾ ਅਤੇ ਜਿੱਦਾਂ ਤੁਹਾਨੂੰ ਡੱਬੇ ਪਿੱਛੇ ਦਿਖਾਉਣੇ ਆ ਉਹ ਛੋਟੇ ਡੱਬੇ ਆ ਜਿਹੜੇ ਰਿੰਨ ਕਹਿੰਦੇ ਰਿੰਨ ਵੀ ਕਹਿ ਦਿੰਦੇ ਆ ਉਹਦੇ ਵਿੱਚ ਉਹ ਲੋਡ ਕਰਦੇ ਆ ਖੇਤਾਂ 'ਚ ਖੇਤਾਂ 'ਚ ਲੋਡ ਹੋ ਜਾਂਦੇ ਆ ਮਸ਼ੀਨਾਂ ਇਸ ਤਰੀਕੇ ਦੀਆਂ ਜੀ ਉਹ ਦੇਖੋ ਗੰਨਾ ਮਸ਼ੀਨ ਗੰਨਾ ਵੱਢਦੀ ਆ ਅਤੇ ਜਿਵੇਂ ਆਪਣੇ ਕੰਬਾਈਨ ਝੋਨਾ ਵੱਢ ਕੇ ਜਾਂ ਕਣਕ ਵੱਢ ਕੇ ਵਿੱਚ ਪਾਈ ਜਾਂਦੀ ਆ ਉਹ ਗੰਨੇ ਦੇ ਅੱਡ ਅੱਡ ਟੋਟੇ ਕਰਕੇ ਟਰੈਕਟਰਾਂ ਦੇ ਪਿੱਛੇ ਟਰਾਲੀਆਂ ਗਈਆਂ ਆਟੋਮੈਟਿਕ ਉਹਨਾਂ ਸਿੱਟੀ ਜਾਂਦੀ ਆ ਅਤੇ ਉਹ ਜਿਹੜੀਆਂ ਟਰੈਕਟਰਾਂ ਦੇ ਮਗਰ ਟਰਾਲੀਆਂ ਪਈਆਂ ਉਹ ਲਿਆ ਕੇ ਟ੍ਰੇਨ ਦੇ ਜਿਹੜੇ ਮਗਰ ਡੱਬੇ ਕੇ ਬੰਨ ਕੇ ਉਹਨਾਂ ਦੇ ਵਿੱਚ ਢੇਰੀ ਕਰ ਦਿੰਦੀਆਂ
ਤਕਰੀਬਨ 80% ਖੇਤਾਂ ਦੇ ਨਾਲ ਟਰੈਕ ਵਿਛੇ ਹੋਏ ਆ। ਅੱਛਾ, ਜਿਹੜਾ 2 ਫੁੱਟ ਵਾਲਾ ਟਰੈਕ ਆਪਾਂ ਕਰ ਰਹੇ ਹਾਂ ਬਿਲਕੁਲ ਉਹ ਸਿੱਧੇ ਇੱਥੇ ਆਉਂਦੇ ਆ, ਸਿੱਧੇ ਮਿਲ ਜਾਂਦੇ ਜੀ। ਜਿਹੜੇ ਕੁਛ ਕੁ ਖੇਤ ਆ ਜਿਹੜੇ ਪਿੱਛੇ ਰਹਿ ਗਏ ਜਾਂ ਕਿੱਦਾਂ ਆ, ਉਹ ਟਰੱਕਾਂ ਦੇ ਪਿੱਛੇ ਵੱਡੇ ਜਿਹੜੇ ਕੰਟੇਨਰ ਆ ਉਹਨਾਂ ਚੱਕ ਕੇ ਆਪਣਾ ਲੈ ਕੇ ਆਉਂਦੇ ਆ। 80% ਨੂੰ ਤਾਂ ਲੋਡ ਨਹੀਂ ਟਰੱਕ, ਬਿਲਕੁਲ ਲੋਡ ਨਹੀਂ ਹੈਗੀ, ਇੱਥੇ ਆ ਕੇ ਸਿੱਧਾ ਟਰੈਕ ਜਿੱਥੇ ਕਰੈਸ਼ ਹੋਣਾ ਉੱਥੇ ਆ ਜਾਂਦੇ ਆ। ਤੇ ਦੂਜੀ ਗੱਲ ਇੱਦਾਂ ਜੀ, ਆਪਣੇ ਫਾਰਮਰ ਨੂੰ ਗੇੜੇ ਮਾਰਨ ਦੀ ਬੜੀ ਲੋੜ ਨਹੀਂ ਹੈਗੀ, ਜਾਂ ਟਰਾਲੀਆਂ ਦੇ ਉੱਤੇ ਛੱਡ ਕੇ ਤੇ ਲੈ ਕੇ ਇੱਥੇ ਆ ਕੇ ਜਾਂ ਇਹਨਾਂ ਨੂੰ ਇਨਫੋਰਮ ਕਰ ਦਿਓ ਵੀ ਸਾਡਾ ਗੰਨਾ ਜੀ ਫਲਾਨੀ ਥਾਵੇਂ ਇੱਦਾਂ, ਆਪਣੇ ਤਰੀਕੇ ਨਾਲ ਆਪਦੇ ਹਿਸਾਬ ਨਾਲ ਇਹਨਾਂ ਨੇ ਤੁਹਾਡਾ ਗੰਨਾ ਵੱਢ ਕੇ ਇੱਥੇ ਲਿਆਉਣਾ ਆ। ਅੰਗੂਰ ਵੇਚਦੇ ਆ, ਸਾਨੂੰ ਅੰਗੂਰ ਰਾਤ ਨੂੰ ਮਸ਼ੀਨ ਆਉਂਦੀ ਹੈ ਤੋੜ ਕੇ ਲੈ ਜਾਂਦੀ ਹੈ, ਸੁਬਹਾ ਫੈਕਸ ਆ ਜਾਂਦੀ ਹੈ ਜਾਂ ਈਮੇਲ ਆ ਜਾਂਦੀ ਹੈ ਵੀ ਤੁਹਾਡਾ ਇੰਨੇ ਟਨ ਹੋ ਗਿਆ, ਇਹੀ ਦੇਖਿਆ ਤੁਸੀਂ ਇੱਥੇ ਆ। ਪਰ ਇੱਕ ਚੀਜ਼ ਜਿਹੜੀ ਮੈਂ ਹੁਣ ਤੁਹਾਨੂੰ ਦਿਖਾ ਨਹੀਂ ਸਕਦਾ, ਉਹਦਾ ਕਾਰਨ ਇਹ ਹੈ ਵੀ ਉਹ ਫੀਲ ਹੀ ਕੀਤੀ ਜਾ ਸਕਦੀ ਆ। ਦੇਖੋ ਅਸੀਂ ਮੌਸਮ ਨੂੰ ਫੀਲ ਕਰ ਰਹੇ ਹਾਂ, ਇੱਥੇ ਦੀ ਅਕਿਨਮਣ ਕਣੀ ਨੂੰ ਫੀਲ ਕਰ ਰਹੇ ਹਾਂ, ਨਾਲ ਨਾਲ ਜਿਹੜੀ ਇੱਕ ਫੀਲਿੰਗ ਹੋਰ ਆ ਰਹੀ ਹੈ ਨਾ, ਕੱਲ੍ਹ ਜੇ ਗਾਈਆਂ ਦੇ ਫਾਰਮ 'ਚ ਗਏ ਸੀ ਤਾਂ ਉੱਥੇ ਉਹ ਦਰਵਾਜ਼ੇ ਵਾਲੀ ਫੀਲਿੰਗ ਆ ਰਹੀ ਸੀ, ਅਤੇ ਅੱਜ ਇੱਥੇ ਨਾ ਗੁੜ ਦੀ ਜਿਹੜੀ ਬਹੁਤ ਮਹਿਕ ਆ, ਜਿਹੜੀ ਗੁੜ ਨਿਕਲਦਾ ਹੁੰਦਾ ਘਲਾੜੀਆਂ 'ਚ, ਉਹ ਮਹਿਕ ਚਾਰ ਸਵੇਰੇ ਅੱਜ ਫਿਜ਼ਾ ਦੇ ਵਿੱਚ ਖਿਲਰੀ ਹੋਈ ਆ, ਅਤੇ ਉਹ ਗੁੜ ਮੈਨੂੰ ਕਿਧਰੇ ਨਾ ਕਿਤੇ ਉਹ ਮੈਨੂੰ ਪਿਛੋਕੜ 40 ਸਾਲ ਪਿੱਛੇ ਲੈ ਜਾਂਦਾ, ਜਦੋਂ ਸਾਡੇ ਵੀ ਉੱਥੇ ਸਰੀਂਹ ਦੇ ਥੱਲੇ ਘੁਲਾੜਾ ਲੱਗਿਆ ਹੁੰਦਾ ਸੀ। ਇੱਕ ਉਹ ਪਾਣੀ ਬਾਰੇ ਜ਼ਰੂਰ ਦੱਸਿਓ, ਕਿਉਂਕਿ ਹੁਣੇ ਲੇਟੈਸਟ ਇੱਕ ਪੰਜਾਬ 'ਚ ਕਾਂਡ ਹੋ ਕੇ ਹਟਿਆ ਵੀ ਇੱਕ ਸ਼ੂਗਰ ਮਿੱਲ ਦਾ ਜਿਹੜਾ ਵੇਸਟੇਜ ਰਿਵਰ ਦੇ ਵਿੱਚ ਚਲੀ ਗਈ, ਇੱਥੇ ਵੀ ਵੇਸਟੇਜ ਰਿਵਰ 'ਚ ਪਾਉਂਦੇ ਆ? ਬਿਲਕੁਲ ਜੀ, ਪਿਛਲੀ ਸਾਈਡ ਤੁਸੀਂ ਮਿਲਦੇ ਦੇਖੋਗੇ ਪੈਪ ਆਇਆ ਵੱਡਾ ਇਹਨਾਂ ਨੇ, ਅਤੇ ਪਾਣੀ ਪਿਛਲੀ ਸਾਈਡ ਜਿਹੜੀ ਰਿਵਰ ਵਗਦੀ ਆ ਸਾਹਿਬ ਜੋ ਰਿਵਰ ਕਹਿੰਦੇ ਆ ਜਿਹਨੂੰ, ਉਹਦੇ ਵਿੱਚ ਪੈਂਦਾ। ਪਰ ਇੱਥੇ ਦੇਖਣ ਵਾਲੀ ਗੱਲ ਇਹ ਆ, ਕਿਹੜਾ ਪਾਣੀ ਹੈ ਜੇ ਆਪਾਂ ਦੇਖੀਏ ਉਹਨੂੰ ਟੂਟੀਆਂ ਦੇ ਪਾਣੀ ਨਾਲ ਮਿਲਾ ਕੇ ਤਾਂ ਬਿਲਕੁਲ ਪਾਣੀ ਚਿੱਟਾ ਗਾ, ਇੱਦਾਂ ਨਹੀਂ ਲੱਗ ਰਿਹਾ ਵੀ ਉਹਦੇ ਵਿੱਚ ਕੋਈ ਕਚਰਾ ਜਾਂ ਕੈਮੀਕਲ ਮਿਕਸ ਆ। ਕੋਈ ਪ੍ਰੋਜੈਕਟ ਲੱਗਿਆ? ਇਹਦੇ ਵਿੱਚ ਟ੍ਰੀਟਮੈਂਟ ਪਲਾਂਟ ਲੱਗਾ ਹੋਇਆ ਅੰਦਰ ਇੱਕ, ਅਤੇ ਜਿੰਨੀ ਵੀ ਵੇਸਟੇਜ ਹੈਗੀ ਆ ਉਹਨੂੰ ਪਿਊਰੀਫਾਈ ਕਰਕੇ ਫੇਰ ਹੀ ਅੱਗੇ ਰਿਵਰ ਦੇ ਵਿੱਚ ਸੁੱਟਿਆ ਜਾਂਦਾ। ਵਾਤਾਵਰਨ ਨੂੰ ਬਿਲਕੁਲ ਜੀ ਬਿਲਕੁਲ ਧੂੰਆਂ ਜ਼ਰੂਰ ਅੱਜ ਹੋਣੀਆਂ ਦਾ ਜਿਹੜਾ ਨਿਕਲ ਰਿਹਾ ਜਾਂਦਾ। ਅਸੀਂ ਗੰਨੇ ਦੇ ਫਾਰਮ ਤੇ ਪਹੁੰਚ ਚੁੱਕੇ ਹਾਂ ਤੇ ਗੰਨੇ ਦੀ ਕਟਾਈ ਹੋਣੀ ਆ, ਭਾਵੇਂ ਮੀਂਹ ਪੈ ਰਿਹਾ ਪਰ ਇਹ ਪੂਰੀ ਟੀਮ ਆ ਗਈ ਹੈ, ਤੁਹਾਨੂੰ ਇੱਕ ਇੱਕ ਕਰਕੇ ਜਿਹੜੀਆਂ ਚੀਜ਼ਾਂ ਦਿਖਾਉਣੇ ਆ। ਬਈ ਆ ਜਾਓ ਆਪਾਂ ਮਸ਼ੀਨ ਤੋਂ ਸ਼ੁਰੂ ਕਰੀਏ ਪਹਿਲਾਂ। ਲਓ ਜੀ ਡੀਜ਼ਲ ਵਾਲਾ ਟੈਂਕ ਵੀ ਆ ਗਿਆ ਖੇਤ ਦੇ ਵਿੱਚ ਹੀ ਸਿੱਧਾ, ਅਤੇ ਲੰਘ ਜਾਣ ਦਿਓ ਵਗੈਰਾ ਤੜਕੇ ਤੜਕੇ, ਜਿਵੇਂ ਕੰਬਾਈਨ ਲੱਗਣੀ ਹੁੰਦੀ ਹੈ ਆਪਣੇ ਜ਼ਿਮੀਂਦਾਰ ਦੇ ਖੇਤ ਦੇ ਵਿੱਚ, ਅਤੇ ਉਹੀ ਜਿਹੜਾ ਮਾਹੌਲ ਆ ਮਾਲਕ ਆ ਜਿਹੜਾ ਉਹ ਲਾ ਕੇ ਉਹ ਤੁਰ ਗਿਆ, ਅਤੇ ਸਾਨੂੰ ਕਹਿੰਦਾ ਵੀ ਕੋਈ ਨਹੀਂ ਬਾਈ ਬਣਾ ਲਓ ਵੀਡੀਓ, ਅਤੇ ਇੱਧਰ ਆ ਫੋੜ ਆ ਗਿਆ ਜੀ, ਹੁਣ ਜਿਹੜੇ ਫੋੜ ਦੇ ਸੀ ਸ਼ੌਕੀਨ ਆ, ਇੱਥੇ ਵੀ ਫੋੜ ਦੇਖੋ, ਇਹ ਆ ਜੀ ਫੋੜ 5000, ਡੀਜ਼ਲ ਦਾ ਟੈਂਕ ਲੈ ਕੇ ਆ ਗਿਆ ਫੋੜ 5000, ਅਤੇ ਅੱਜ ਇਹਨਾਂ ਨੇ 500-700 acres ਵੱਢਣੀ ਹੋਣੀ ਹੈ ਜੀ ਗੰਨਾ। ਚਲਦੀ ਮਸ਼ੀਨ ਵੀ ਦਿਖਾਵਾਂਗੇ ਫਿਰ ਹਾਲ ਕੇ ਆਪਾਂ ਗੰਨੇ ਦੀ ਮਸ਼ੀਨ ਤੁਹਾਨੂੰ ਦਿਖਾਉਣੇ। ਇਹ ਆ ਜੀ ਗੰਨਾ ਕੱਟਣ ਵਾਲੀ ਮਸ਼ੀਨ, ਰੱਬ ਜਾਣੇ ਕਿਵੇਂ ਕੱਟਦੀ ਹੈ, ਤਾਂ ਤੁਹਾਨੂੰ ਜੋ ਚੱਲਦੀ ਹੋਈ ਉਹਦੇ ਦਿਖਾਵਾਂਗੇ। ਆ ਦੱਸੋ ਜੀ ਇਹ ਥੱਲੇ ਆ ਜਾਂਦੇ ਆ? ਅੱਛਾ, ਹਾਈਡ੍ਰੋਲਿਕ ਸਿਸਟਮ ਲੱਗਾ, ਹਾਈਡ੍ਰੋਲਿਕ ਹੈ ਸਾਰਾ। ਅੱਛਾ, ਧਰਤੀ ਤੋਂ ਚਾਹੋਗੇ ਇੰਨਾ ਉੱਚਾ ਵੱਢਣਾ, ਇੰਨਾ ਉੱਚਾ ਵੱਢਣਾ। ਅੱਛਾ, ਉਸ ਹਿਸਾਬ ਨਾਲ ਥੱਲੇ ਸੈੱਟ ਹੋ ਜਾਣਾ ਇਹ। ਹਾਂ, ਉੱਤੇ ਕੱਟਣ ਲੱਗਾ ਜੀ ਉੱਤੇ ਮਾਰੋਗੇ ਨਿਗਾ ਤੁਸੀਂ। ਅੱਛਾ ਅੱਛਾ, ਉਹ ਕੱਟ ਰਹੇ ਨੇ ਕੰਨੇ ਦੀ ਹਾਈਟ ਦੇ ਹਿਸਾਬ ਨਾਲ ਐਡਜਸਟ ਕਰਦੇ ਨੇ। ਨੀਵੇਂ ਆ ਲੱਤ, ਆਰਮ ਨੀਵੇਂ ਆ ਜੂਗੇ। ਹਾਂ, ਜਿੰਨਾ ਕ ਆਪਣਾ ਕੰਨੇ ਦੀ ਉਚਾਈ ਹੈ ਜਾਂ ਲੰਬਾ ਕੰਨਾ, ਹਾਂ ਮਸ਼ੀਨ ਵੀ ਕਹਿ ਸਕਦੇ ਆ, ਉਹਦੇ ਵਿੱਚ ਲਿਜਾ ਕੇ ਤੇ ਫਿਰ ਪਿੱਛੇ ਨਾਲ ਦੀ ਨਾਲ ਲੋਡ ਟਰਾਲੀ ਦੇ ਵਿੱਚ ਹੋਊਗਾ। ਇੱਕ ਮਿੰਟ
ਜਿਵੇਂ ਆਪਣੇ ਕਰਪੈਨ ਤੋਂ ਨਿਕਲਦੇ ਆਈ ਦਾਣਾ ਡਿੱਗ ਪਿਆ ਗੰਨਾ ਡਿੱਗਿਆ ਪਿਆ ਜਿਵੇਂ ਆਪਣੇ ਤਾਂ ਕਣਕ ਵੱਢਣੀ ਔਖੀ ਹੋ ਜਾਂਦੀ ਹੈ ਡਿੱਗੀ ਇੱਥੇ ਵੀ ਅਸਰ ਤਾਂ ਪੈਂਦਾ ਉਸ ਚੀਜ਼ ਦਾ ਪਰ ਇਹ ਸਿਰਿਆਂ ਤੇ ਡਿੱਗਿਆ ਹੋਊ ਜਾਂ ਵਿੱਚ ਨੀ ਮੈਨੂੰ ਲੱਗਦਾ ਹੁੰਦਾ ਵੀ ਹੋਊਗਾ ਜੀ ਵਿੱਚ ਪਰ ਜਿਹੜੀ ਮਸ਼ੀਨ ਛੱਡਦੀ ਕੁਛ ਨੀ ਹੈਗੀ ਜਿਵੇਂ ਪੱਧਰਾ ਕਰ ਦਿੰਦੇ ਆ ਜਿਵੇਂ ਤੁਸੀਂ ਪਿੱਛੇ ਖੇਤ ਦੇਖੇ ਆ ਪਹਾੜੀ ਏਰੀਏ ਦਾ ਵੀ ਉਹ ਹੈਗਾ ਸੋ ਆਓ ਆਪਾਂ ਉਧਰ ਹੋਰ ਵੀ ਜਿਹੜੀ ਮਸ਼ੀਨਰੀ ਦੇਖਦੇ ਆ ਜੇ ਚਲਾਉਣ ਦੇ ਆ ਤਾਂ ਆਪਾਂ ਇਹਨੂੰ ਚਲਦੀ ਵੀ ਦੇਖਦੇ ਆ ਸੋ ਡਰਾਈਵਰ ਦੀ ਸੀਟ ਦਿਖਾ ਦਈਏ ਜੀ ਡਰਾਈਵਰ ਕੰਬਾਈਨ ਵਾਂਗੂ ਇੱਥੇ ਬਹਿੰਦਾ ਜੀ ਏਸੀ ਕੈਬਨ ਏਸੀ ਕੈਬਨ ਦੇ ਵਿੱਚ ਇੱਥੇ ਡਰਾਈਵਰ ਬੈਠ ਜਾਂਦਾ ਅਤੇ ਇੱਥੋਂ ਜਿਹੜੀ ਇਹ ਕੰਟਰੋਲ ਕਰਦਾ ਸਾਰਾ ਜਿੰਨਾ ਉਹਨੇ ਜਿਵੇਂ ਤੋੜਨਾ ਹੁੰਦਾ ਉਹਦਾ ਸਲੋਗਨ ਲਿਖਿਆ ਹੋਇਆ ਕਹਿੰਦਾ ਯੂ ਗਰੋ ਇਟ ਵੀ ਮੋਟ ਯੂ ਗਰੋ ਇਟ ਖੜ ਜਾਓ ਆਪਾਂ ਸਲੋਗਨ ਪੜ੍ਹ ਕੇ ਦਿਖਾਉਂਦੇ ਹਾਂ ਲਓ ਜੀ ਤੁਸੀਂ ਸਲੋਗਨ ਦੇਖੋ ਇੱਥੇ ਲਿਖਿਆ ਹੋਇਆ ਯੂ ਗਰੋ ਇਟ ਵੀ ਮੋ ਇਟ ਓਕੇ ਜੀ ਲੈ ਕਹਿੰਦੇ ਤੁਸੀਂ ਪੈਦਾ ਕਰੋ ਅਤੇ ਅਸੀਂ ਵੱਢ ਲਾਂਗੇ ਬਣੇ ਹੋਏ ਨੇ ਪੁਰਾਣੇ ਜ਼ਿਮੀਂਦਾਰ ਲਈ ਨਾ ਖੰਭਾ ਸ਼ਰਾਬ ਹੀ ਹੁੰਦਾ ਜਿਹਦੇ ਖੇਤ ਚ ਹੋਵੇ ਤੇ ਕਿਉਂਕਿ ਅੱਧਾ ਕਿੱਲਾ ਥਾਂ ਰੋਕੀ ਬੈਠਾ ਹੁੰਦਾ ਇਹ ਪਰ ਇੱਥੇ ਗੱਲ ਹੋਰ ਆ ਵੀ ਜ਼ਿਮੀਂਦਾਰ ਕੋਲ ਜ਼ਮੀਨ ਹੀ 5000 ਏਕੜ ਅਤੇ ਉਹਨੂੰ ਇਹ ਜਿਹਾ ਖੰਭਾ ਕੋਈ ਪ੍ਰਭਾਵਿਤ ਨਹੀਂ ਕਰਦਾ ਇਹ ਮਸ਼ੀਨ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਬਿੰਨ ਆ ਜੀ ਜਿਹੜਾ ਹਾਂ ਜਿਹੜਾ ਸਾਈਡ 'ਤੇ ਚੱਲਦਾ ਇਹ ਬਿੰਨ ਉਹ ਆ ਇਹਦੇ ਟਾਇਰ ਦੇਖੋ ਜੀ ਹੁਣ ਤੁਸੀਂ ਅਤੇ ਟਰੈਕਟਰ ਦੇਖੋ ਇਹ ਕਿੰਨੇ ਟਨ ਪੈ ਜਾਂਦਾ ਬਾਈ ਇਹਦਾ ਪਰ ਇਹ ਮੈਨੂੰ ਐਂ ਲੱਗਦਾ ਇਹਦਾ ਪਿਛੋਕੜ ਪੰਜਾਬ ਨਾਲ ਆ ਬੰਦੇ ਇਸ ਜ਼ਿਮੀਂਦਾਰ ਨੂੰ ਵੀ ਫੋੜ ਪਸੰਦ ਆ ਦੇਖ ਲਓ ਹੁਣ ਆਹ ਫੋੜ ਆ ਜੀ ਇੱਕ ਇਹਨਾਂ ਕੋਲ ਫੋੜ ਤਾਂ ਅੱਛਾ ਕੰਬਾਈਨ ਵਾਲੇ ਆਏ ਅੱਛਾ ਅੱਛਾ ਇਹ ਕੰਬਾਈਨ ਵਾਲੇ ਦੇ ਟਰੈਕਟਰ ਆ ਬਾਈ ਫਿਰ ਕੰਬਾਈਨ ਵਾਲਾ ਫੋੜ ਦਾ ਸ਼ੌਕੀਨ ਆ ਸੋ ਆ ਗਿਆ ਆ ਗਿਆ ਜੀ ਆ ਗਿਆ ਅੱਛਾ ਅੱਛਾ ਲਓ ਜੀ ਦੇਖੋ ਸੇਮ ਹੀ ਕਲਚਰ ਆ ਇੱਥੇ ਵੀ ਅਤੇ ਇਹ ਕੈਮਰੇ 'ਤੇ ਨਹੀਂ ਆਉਣਾ ਚਾਹੁੰਦੇ ਅਤੇ ਕਹਿੰਦੇ ਆ ਜਾਣਦੇ ਬਾਈ ਨੂੰ ਵੱਡੇ ਨੂੰ ਅਤੇ ਉਹ ਗੱਲਾਂ ਕਰ ਲੂਗਾ ਸਾਨੂੰ ਨਹੀਂ ਇਹ ਨੌਜਵਾਨਾਂ ਨੂੰ ਪਤਾ ਹੀ ਹੈ ਤੁਹਾਨੂੰ ਪਤਾ ਪਰ ਮੈਂ ਟਰੈਕਟਰ ਦਿਖਾ ਦਿੰਦਾ ਤੁਹਾਨੂੰ ਇਹ ਟਰੈਕਟਰ ਆ ਜੀ ਨਿਊ ਹੋਲੈਂਡ ਹਾਊ ਮੈਨੀ ਹਾਊਸ ਪਾਵਰ ਇਟ ਇਜ਼ 90 or 100 150 ਹਾਂ ਸੋ 150 ਹਾਊਸ ਪਾਵਰ ਆ ਜੀ ਅਤੇ ਆਹ ਆਪਣਾ ਫੋਰਡ 5000 ਖੜਾ ਜੀ ਆਪਾਂ ਲਓ ਜੀ ਇਹ ਫੋਰਡ 5000 ਆ ਇਹ ਰੀਝ ਆ ਜੀ ਆਪਣੇ ਪੰਜਾਬੀਆਂ ਦੀ ਅਤੇ ਇਹ ਡੀਜ਼ਲ ਟੈਂਕ ਆ ਜਿਹੜਾ ਨਾਲ ਲੈ ਕੇ ਆਇਆ ਇਹ ਨਹੀਂ ਹੈ ਵੀ ਤੇਲ ਮੁੱਕ ਜੂਗਾ ਅਤੇ ਫਿਰ ਲੈਣ ਜਾਣਾ ਪੈਣਾ ਅਤੇ ਤੜਕੇ ਤੜਕੇ ਖੜ੍ਹੇ ਆ ਜੀ ਰੈਡੀ ਹੋਏ ਬਸ ਮਸ਼ੀਨ ਚੱਲਣ ਦੀ ਦੇਰੀ ਆ ਅਤੇ ਫਿਰ ਇਹ ਨੌਜਵਾਨ ਜਿਹੜੇ ਆਪਦਾ ਜਿਹੜਾ ਕੰਮ ਕਰ ਲੈਣਗੇ